ਪਿੰਡ ਵਾਲਿਆਂ ਨੂੰ ਬਾਹਰ ਨਿਕਾਲਣ ਦੇ ਲਈ ਕੋਈ ਇੰਤਜ਼ਾਮ ਕੀਤਾ ਹੋਵੇ? ਹਾਂਜੀ ਗਿਆ ਹੋਇਆ ਲੈ। ਅੱਛਾ ਹੁਣ ਗਏ ਨੇ, ਇੱਧਰ ਵੀ ਗਏ ਵੇ, ਉੱਧਰ ਵੀ ਲੱਗੇ ਪਏ ਆ। ਮਤਲਬ ਇਹ ਹੁਣ ਵੱਧ ਹੋਇਆ ਹੈ? ਨਹੀਂ, ਪਾਣੀ ਦਾ ਆ ਪਾਣੀ ਤਾਂ ਅੱਗੇ ਰਾਤ ਹੀ ਖੜਾਗਾ, ਜਿਹੜਾ ਆ ਪਾਣੀ ਹੁਣ ਵਧੀ ਜਾਂਦਾ ਹੈ। ਅੱਛਾ ਇਹ ਵਧੀ ਜਾਂਦਾ ਹੈ, ਪਾਣੀ ਹੋਰ ਅੱਗੇ ਵਧੂਗਾ, ਹੋਰ ਵਧੂਗਾ ਵਧੂਗਾ, ਲੈਵਲ ਵੱਧ ਰਿਹਾ ਸੀ। ਠੀਕ ਹੈ, ਸੇਫ ਸੀ ਘਰਾਂ ਚ ਆਪਦੇ। ਇੱਕ ਇਹਨਾਂ ਦੇ ਹੋਰ ਆ ਯਾਰ, ਨਾਲੀ ਜਾਂਦੀ ਹੈ, ਹੋ ਸਕਦਾ ਨਾਲੀ ਵੀ ਕਮਜ਼ੋਰ ਆ, ਹੋਰ ਨਾ ਕਿਤੇ ਟੁੱਟ ਗਿਆ ਬੰਨ, ਫਿਰ ਤਾਂ ਸੇਫ ਫਿਰ ਕੰਮ ਖਰਾਬ ਹੋ ਜਾਂਦਾ। ਇੱਕ ਬੰਨ ਪਿੱਛੇ ਟੁੱਟਿਆ ਵੀ ਹੈ, ਇੱਕ ਕਹਿ ਰਿਹਾ ਇੱਕ ਹੋਰ ਬੰਨ ਉਹ ਆ, ਬੰਨ ਟੁੱਟਦਾ ਤਾਂ ਆ ਪਿੰਡਾਂ ਦੀਆਂ ਛੱਤਾਂ ਦੇ ਉੱਪਰ ਦੀ ਪਾਣੀ ਹੋ ਜਾਣਾ। ਇਹ ਇਹ ਬੰਨ ਕਿਹੜਾ ਵੀਰੇ, ਕਿਹੜਾ ਪਿੰਡ? ਆਲੂਪੁਰ ਪਿੰਡ ਦਾ ਬੰਨ। ਇਹ ਵੀਰਾ ਇੱਥੋਂ ਦੇ ਹੀ ਆ, ਨੇੜ ਦਾ ਵੀ ਆ, ਆਲੂਪੁਰ ਪਿੰਡ ਦਾ। ਵੀਰੇ ਪਿੰਡ ਤੋਂ ਆ ਰਹੇ ਹੋ? ਕੀ ਹਾਲਾਤ ਨੇ ਉੱਧਰ ਦੇ? ਬਹੁਤ ਮਾੜੇ ਹਾਲਾਤ ਨੇ। ਅੱਛਾ, ਤੇ ਹੁਣ ਉੱਥੇ ਪਾਣੀ ਕਿੰਨਾ ਕਿੰਨਾ ਸੀਗਾ? ਪਾਣੀ ਪਿੰਡ ਦੇ ਵਿੱਚ ਤਾਂ ਹੈਗਾ ਵੀਰੇ 5-5 ਫੁੱਟ। ਅੱਛਾ, ਹਾਂਜੀ, ਘਰਾਂ ਦੀਆਂ ਜਿਹੜੀਆਂ ਆਪਣਾ ਫਰਸ਼ ਹੁੰਦਾ ਘਰਾਂ ਦਾ, ਜੇ ਆਪਾਂ ਬਹੁਤਾ ਉੱਚਾ ਕਹੀਏ ਕਿ ਸਾਰੇ ਪਿੰਡ ਨਾਲ ਉੱਚਾ ਘਰ ਹੈਗਾ, ਉਹਦੇ ਵੀ ਫਰਸ਼ ਤੱਕਰ ਪਾਣੀ ਆ ਜਿਹੜਾ, ਉਹ ਆ ਗਿਆ। ਪਿੰਡ ਵਾਲੇ ਨੂੰ ਬਾਹਰ ਨਿਕਾਲਣ ਦਾ ਇੰਤਜ਼ਾਮ ਵੀ ਕੀਤਾ ਜਾ ਰਿਹਾ ਕੋਈ? ਬਾਹਰ ਨਿਕਾਲ ਨੂੰ ਆਪਣਾ ਖਾਲਸਾ ਏਡ ਵਾਲੇ ਖੜੇ ਨੇਗੇ, ਰੈਸਕਿਊ ਕਰ ਰਹੇ ਨੇ। ਠੀਕ ਹੈ, ਹਾਂ, ਸਾਧੂ ਵਾਲਾ ਪਿੰਡ ਹੈ, ਇੱਥੇ ਰੈਸਕਿਊ ਨਹੀਂ ਹੋਣ ਲੱਗ ਰਹੀ, ਇੱਥੇ ਖਾਣ ਪੀਣ ਦੀ ਚੀਜ਼ ਕੋਈ ਨਹੀਂ ਹੈ, 1.5 ਕਿਲੋਮੀਟਰ ਕਹਿੰਦੇ ਰਾਸ਼ਨ ਨਹੀਂ ਪਹੁੰਚ ਰਿਹਾ। ਸਾਧੂਵਾਲ ਜਾਓਗੇ ਤੁਸੀਂ? ਸਾਧੂਵਾਲ ਜਾਵਾਂਗੇ ਜਾਂ ਹੁਣ ਸਾਧੂਵਾਲ ਜਾ ਰਹੇ ਹੋ ਤੁਸੀਂ? ਨਹੀਂ, ਜਾਵਾਂਗੇ, ਜਾਵਾਂਗੇ, ਪੈਦਲ ਲੈ ਕੇ ਜਾਵਾਂਗੇ। ਠੀਕ ਹੈ ਜੀ, ਹੁਣ ਟਰਾਲੀ ਰਾਈਡ ਕੋਈ ਨਹੀਂ ਜਾ ਰਿਹਾ ਉਧਰ? ਨਹੀਂ, ਉੱਥੇ ਜਿਵੇਂ ਪਿੰਡਾਂ ਦੇ ਵਿੱਚ ਲੋਕਾਂ ਦਾ ਜਿਹੜਾ ਘਰ ਦੇ ਸਮਾਨ ਹੋਣਗੇ ਉਹ ਵੀ ਖਰਾਬ ਹੋ ਗਏ ਹੋਣਗੇ, ਉਹਨਾਂ ਨੂੰ ਕੋਈ ਕੱਢਣ ਦਾ ਕੋਈ ਇੰਤਜ਼ਾਮ ਵੀ ਕੀਤਾ ਜਾ ਰਿਹਾ? ਕਿਸ਼ਤੀ ਲੱਗੀ ਹੋਈ ਹੈ ਜੀ। ਅੱਛਾ, ਕਿਸ਼ਤੀ ਬੈਠੀ ਹੈ, ਦੋ ਗੱਡੀਆਂ। ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਨਾ ਜੀ? ਪਿੰਡ ਦਾ ਤਾਂ ਬਹੁਤ ਨੁਕਸਾਨ ਹੀ ਹੈ ਜੀ, ਜਦੋਂ ਉਹਨਾਂ ਦੇ ਘਰ ਟਾਈ ਜਾਂਦੇ। ਕੋਈ ਜਾਨ ਦਾ ਨੁਕਸਾਨ ਤਾਂ ਨਹੀਂ ਹੋਇਆ? ਜਾਨਮਾਨ ਦਾ ਨੁਕਸਾਨ ਹੈਗਾ ਬਿਲਕੁਲ, ਪਿੰਡ ਮਤਲਬ ਵਿੱਚੋਂ ਸਾਹ ਦਾ ਮੈਸਾ ਮੂਸਾ ਲੈ ਕੇ ਤੁਹਾਡਾ ਏਰੀਆ ਫਤਿਹਾਬਾਦ, ਉਸ ਪਾਸੇ ਤਾਂ ਕੋਈ ਹੋ ਜੀ ਦਿੱਕਤ ਨਹੀਂ? ਉਧਰ ਵੀ ਆ ਰਿਹਾ ਜੀ ਫਤਿਹਾਬਾਦ ਵਾਲਾ। ਅੱਛਾ, ਫਤਿਹਾਬਾਦ ਤੋਂ ਦੌਲਤਪੁਰ, ਦੌਲਤਪੁਰ ਤੋਂ ਇਹਲੀ ਸਦਰ, ਇਹਲੀ ਤੋਂ ਕਰਨੌਲੀ ਹੁੰਦਾ ਹੋਇਆ ਬੱਗੂ ਵਾਲੀ ਤੇ ਜਾ ਕੇ ਸਰਸੇ ਨੂੰ ਰਿਗੋਈ ਨੂੰ ਫਿਰ ਜੀ ਦੂਜੀ ਵਾਰੀ। ਅੱਛਾ ਅੱਛਾ ਅੱਛਾ, ਹਾਂਜੀ, ਰਤੀਆ ਰੋਡ ਵੜਤਾ ਕੱਲ ਸੜਕ ਦੋ ਥਾਂ ਤੋਂ। ਅੱਛਾ ਜੀ, ਹਾਂਜੀ, 11 ਸੈਂਪਲ ਨੇ ਹੁਣ ਕੱਲ ਨੂੰ ਸਾਡੇ ਫਤਿਹਾਬਾਦ ਤੋਂ ਰਤੀ ਨੂੰ ਹੁੰਦੀ ਸੀ, ਉਹ ਵੜਤੀ ਤੋਂ ਬਲਾਡਾ ਹੁੰਦੀ। ਠੀਕ 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 ਵੀਰ ਜੀ, ਆਪ ਦੀ ਕੋਈ ਜਾਣਕਾਰੀ? ਉਹ ਪਿੱਛੋਂ ਜੀ ਸ਼ੱਕਰਪੁਰੇ ਤੋਂ ਪਾਣੀ ਆਇਆ। ਅੱਛਾ, ਉਹ ਚੱਲ ਕੇ ਰਤੀਆ ਟੋਹਾਣਾ ਏਰੀਆ ਨੂੰ ਸਾਰੇ ਨੂੰ ਡਬੋ ਕੇ ਜਾਂਦਾ ਹੋਇਆ ਫਤਿਹਾਬਾਦ ਬਾਈਪਾਸ ਤੇ ਲੱਗ ਗਿਆ। ਠੀਕ ਹੈ, ਫਤਿਹਾਬਾਦ ਬਾਈਪਾਸ ਤੇ ਜਦੋਂ ਲੱਗਿਆ ਪ੍ਰਸ਼ਾਸਨ ਨੇ ਉੱਥੋਂ ਸੜਕ ਵੱਢ ਦਿੱਤੀ ਵੀ ਤਾਂ ਕਿ ਸ਼ਹਿਰ ਦੇ ਵਿੱਚ ਪਾਣੀ ਨਾ ਜਾਵੇ। ਅੱਛਾ ਜੀ, ਉੱਥੋਂ ਵਾਪਸੀ ਹੁੰਦਾ ਹੋਇਆ ਇੱਧਰ ਐਲੀ ਸਦਰ ਹਿਜਰਾਮਾ, ਜੋ ਮਤਲਬ ਪਿੰਡ ਹੈ ਸਾਡੇ ਕਰਨੌਲੀ ਬੱਗੂ ਵਾਲੀ, ਸਿਰਸਾ ਨੂੰ ਜਾ ਲੱਗੂਗਾ ਜੀ, ਬਹੁਤ ਜ਼ਿਆਦਾ ਪਾਣੀ ਹੈ ਜੀ। ਪ੍ਰਸ਼ਾਸਨ ਦਾ ਕਿਹੋ ਜਿਹਾ ਸਹਿਯੋਗ ਹੈ? ਪ੍ਰਸ਼ਾਸਨ ਸਹਿਯੋਗ ਦੇ ਰਿਹਾ, ਸਰਕਾਰ ਵੱਲੋਂ ਸਹਿਯੋਗ ਮਿਲ ਰਿਹਾ ਕੋਈ? ਬਸ ਦੇ ਰਿਹਾ, ਬਾਕੀ ਆਮ ਲੋਕ ਜਨਤਾ ਜੋ ਪਬਲਿਕ ਜ਼ਿਆਦਾ ਕਰ ਰਹੇ ਨੇ, ਜ਼ਿਆਦਾ ਲੋਕ ਕਰ ਰਹੇ ਨੇ। ਠੀਕ ਹੈ, ਪ੍ਰਸ਼ਾਸਨ ਦਾ ਤਾਂ ਕੋਈ, ਪ੍ਰਸ਼ਾਸਨ ਦਾ ਇੱਕ ਥੋੜਾ ਜਿਹਾ ਲੋਕ ਦਿਖਾਵਾ ਜਿਹਾ ਹੁੰਦਾ, ਕੋਈ ਇੰਨਾ ਰਿਸਪੌਂਸ ਹੀ ਨਹੀਂ। ਚਲੋ ਕੋਈ ਨਹੀਂ, ਆਉਣ ਵਾਲੇ ਸਮੇਂ ਤੇ ਸ਼ਾਇਦ ਹੋ ਸਕਦਾ। ਹਾਂਜੀ ਹਾਂਜੀ ਜੀ, ਚਲੋ ਆਸਾ ਕਰਦੇ ਹਾਂ ਪ੍ਰਸ਼ਾਸਨ ਸਹਿਯੋਗ ਦੇਵੇ। 1.5 ਮਹੀਨਾ ਨਹੀਂ ਸਕਦਾ ਜੀ। ਠੀਕ ਹੈ ਜੀ, ਜਿਹੜਾ ਇਹ ਏਰੀਆ 'ਚ ਪਾਣੀ ਅਸੀਂ ਦੇਖ ਕੇ ਫਿਰ ਕੇ। ਅੱਛਾ, 1.5 ਮਹੀਨਾ ਨਹੀਂ ਸਕਦਾ? ਇੰਨਾ ਪਾਣੀ ਹੈ? ਇੰਨਾ ਪਾਣੀ ਹੈ, ਪਾਣੀ ਅੱਗੇ ਸਰਸੇ ਵੱਲ ਨੂੰ ਜਾ ਰਿਹਾ ਜੀ। ਨਹੀਂ ਜੀ, ਇੱਧਰ ਟੱਪ ਰਿਹਾ, ਬਾਕੀ ਵਾਪਸੀ ਆ ਰਿਹਾ। ਅੱਛਾ, ਚਾਰਪੁਰੇ ਦਾ ਬੰਨ ਟੁੱਟਿਆ ਨਾ ਜੀ, ਉਹ ਤਾਂ ਕੁਛ ਪੰਜਾਬ ਨੂੰ ਪਿੰਡ ਗਿਆ, ਜਾਖਲ ਬਲਾਡਾ ਹੁੰਦਾ ਹੋਇਆ ਮਾਨਸਾ ਨੂੰ ਗਾਹਾਂ ਤਲਵੰਡੀ ਨੂੰ ਜਾ ਰਿਹਾ ਹੈਗਾ। ਠੀਕ ਹੈ, ਜਿਹੜਾ ਸ਼ੱਕਰਪੁਰੇ ਦਾ ਬੰਨ ਟੁੱਟਿਆ ਹੁਣ ਮੈਂ ਗਿਆ ਸੀਗਾ, ਸਰਪੰਚ ਨੂੰ ਮਿਲਿਆ ਸੀ, ਉਹ ਕਹਿੰਦਾ 3 ਕਿੱਲਿਆਂ ਦੀ ਲੰਬਾਈ ਤੇ ਟੁੱਟ ਰਹੇ। 3 ਕਿੱਲੇ ਦੀ ਲੰਬਾਈ ਤੇ? 3 ਕਿੱਲੇ ਦੀ ਲੰਬਾਈ ਤੇ ਟੁੱਟਿਆ। ਅਗਰ ਆਪਾਂ ਪਿੱਛੋਂ ਦੇਖੀਏ, ਕੱਲ ਅਸੀਂ ਉੱਥੋਂ ਦੇਖ ਕੇ ਆਏ ਆ ਜੀ, ਮਤਲਬ ਚਾਂਦਪੁਰ ਤੋਂ 20 ਕਿਲੋਮੀਟਰ ਉਰਾਂ। ਅੱਛਾ ਜੀ, ਉੱਥੇ ਕੀ ਹੈ ਜੀ, ਜਿਵੇਂ ਨਾਲੀ ਆ, ਨਾਲੀ ਆਪਣੀ 2 ਕਿੱਲਿਆਂ ਦੀ ਚੌੜਾਈ ਹੋਗੀ, ਤਾਂ ਉਹਦੇ ਨਾਲ ਲਗਭਗ 15 ਕਿੱਲਿਆਂ ਦੀ ਚੌੜਾਈ ਹੋਰ ਆ ਰਹੀ ਹੈ। ਇੱਕ ਆਪਾਂ ਮੰਨ ਸਕਦੇ ਹਾਂ ਵੀ 20 ਕਿੱਲਿਆਂ ਦਾ ਫਾਂਟਾ ਇਕੱਠਾ ਆ ਰਿਹਾ ਜੀ, ਜਿੱਧਰ ਨਿਮਾਣ ਉੱਧਰ ਹੀ ਝੁਕਦਾ ਜਾ ਰਿਹਾ ਜੀ। ਕਿਤੇ ਕੋਈ ਰੰਗੋਈ ਤੋੜਤੀ, ਕਿਤੇ ਕੋਈ ਘੱਗਰ ਟੁੱਟ ਗਿਆ, ਇਸ ਤਰ੍ਹਾਂ ਬੁਰਾ ਹਾਲ ਆ ਜੀ। ਠੀਕ ਹੈ ਵੀਰੇ, ਬਹੁਤ ਬਹੁਤ ਧੰਨਵਾਦ, ਤੁਸੀਂ ਬਹੁਤ ਸੇਵਾ ਕਰ ਰਹੇ ਹੋ, ਸਲੂਟ ਹੈ ਤੁਹਾਨੂੰ ਜੀ। ਸੋ ਵੀਰ ਆਏ ਨੇ, ਪ੍ਰਸ਼ਾਦੇ ਛੱਕ ਰਹੇ ਨੇ, ਦੇਖੋ ਇਹ ਹੁੰਦੀ ਹੈ ਦੇਖੋ ਮਾਨਤਾ, ਪਹਿਲੇ ਉੱਧਰ ਸਾਰਿਆਂ ਦੀ ਸੇਵਾ ਕਰਕੇ ਆਏ ਨੇ, ਹੁਣ ਇੱਥੇ ਆ ਕੇ ਆਪ ਪ੍ਰਸ਼ਾਦੇ ਛੱਕ ਰਹੇ ਨੇ, ਦੇਖੋ ਇਹ ਬਹੁਤ ਵੱਡੀ ਸੇਵਾ ਵੀਰਾਂ ਦੀ ਹੈ ਵੀ ਲੱਗੇ ਹੋਏ ਨੇ। ਕੌਮੀ ਸੋਚ ਚੈਨਲ ਜੀ, ਕੌਮੀ ਸੋਚ ਨਾਮ ਚੈਨਲ ਦਾ ਨਾਮ ਕੌਮੀ ਸੋਚ ਨਾ ਵੀ ਜੀ, ਧੰਨਵਾਦ ਧੰਨਵਾਦ ਜੀ, ਧੰਨਵਾਦ।